ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਸ਼ਖਰੀ, ਤਹਿਸੀਲ ਜ਼ਿਲ੍ਹਾ, ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਵੀਰ ਸਤਨਾਮ ਦੇ ਕੋਲ ਆਏ ਹਾਂ ਦੋਸਤੋ, ਵੀਰ ਕੋਮਲ ਹੁਣਾਂ ਦੇ ਕੋਲ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਹੁਣਾਂ ਦਾ। ਸੋ ਪਸ਼ੂ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ, ਵਿਕਰੀ ਵਾਲੇ ਅਤੇ ਪ੍ਰੋਟੀਨ ਦੇ ਵਿੱਚ ਕੰਮ ਵੀਰ ਹੁਣੀ ਕਰਦੇ ਆ। ਅੱਜ ਉਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ 6 ਨਾਗ ਦਿਖਾਉਣੇ ਆ। ਸੋ 3 ਹੀ ਵਿਹੜਾਂ ਨੇ ਅਤੇ 3 ਹੀ ਇੱਕ ਪਾਸੇ, ਤੁਸੀਂ ਇੱਧਰ ਦੇਖ ਰਹੇ ਜੇ, ਮੱਝਾਂ ਝੋਟੀਆਂ ਦਿਖਾ ਦਾਂਗੇ ਤੁਹਾਨੂੰ। ਵੈਸੇ ਪਸ਼ੂ ਜਿਹੜੇ ਦੋਸਤੋ ਕੁਝ ਕੁ ਨਾਗ ਜਿਹੜੇ ਆ ਬਿਲਕੁਲ ਢੁੱਕੇ ਆ, ਤਿਆਰੀ ਵਾਲੇ ਆ, ਅਤੇ ਵਿੱਚ ਕੋਈ ਇੱਕ ਅੱਧਾ ਨਾਗ ਜਿਹੜਾ ਦੋਸਤੋ ਤੋਕੜ ਗੱਭਣ ਵੀ ਹੈਗਾ। ਸੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ, ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਠੀਕ ਆ ਜੀ, 3 ਵਿਹੜਾਂ ਨੇ ਅਤੇ 3 ਹੀ ਮੱਝਾਂ। ਅੱਜ ਤਰੀਕ ਤੁਸੀਂ ਨੋਟ ਕਰ ਲਓ, 24 ਅਗਸਤ, ਅਤੇ ਸਮਾਂ ਦੋਸਤੋ ਸ਼ਾਮ ਦੇ ਕੋਈ 3:30 4:15 ਦਾ। ਸੋ ਨਾਗ ਚੰਗੇ ਹੁੰਦੇ ਆ, ਬਾਕੀ ਰੇਟ ਭਾਅ ਪੜਤਾ ਬੜਾ ਜੈਨੂਅਨ ਅਤੇ ਜਾਇਜ਼ ਹੁੰਦਾ, ਉਹ ਤੁਹਾਨੂੰ ਜਿਹੜਾ ਆਪਾਂ ਬਿਲਕੁਲ ਵੀਡੀਓ ਦੇ ਵਿੱਚੋਂ ਪੁੱਛ ਕੇ ਦੱਸ ਦਾਂਗੇ ਵੀਰ ਕੋਮਲ ਹੋਣਾਂ ਤੋਂ। ਸ਼ਕਰੀ ਪਿੰਡ ਵਿਜਿਟ ਕਰ ਰਹੇ ਹੋ ਦੋਸਤੋ ਤੁਸੀਂ, ਤੇ ਸਰਿਆਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ, ਨਸ਼ਹਿਰੇ ਪੰਨੂਆਂ ਤੋਂ ਵੀ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ। ਸੋ ਜੱਲੇਵਾਲ ਪਿੰਡ ਬਿਲਕੁਲ ਲਾਗੇ ਆ, ਠੱਠੀਆਂ ਮੰਤਾਂ ਇਹ ਪਿੰਡ ਥੋੜ੍ਹੀ ਥੋੜ੍ਹੀ ਦੂਰੀ 'ਤੇ ਆ, ਸਰਾਲੀ ਮੰਡ ਪਿੰਡ ਇਹ ਵੀ ਥੋੜ੍ਹੀ ਦੂਰੀ 'ਤੇ ਆ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਕੋਮਲ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਹੋਰ ਸੁਣਾਓ, ਕਿੱਦਾਂ? ਠੀਕ ਠਾਕ ਜੀ। ਬਹੁਤ ਵਧੀਆ ਕੋਮਲ ਵੀਰੇ, ਤੇ ਸਤਨਾਮ ਕੀ ਹਾਲ ਨੇ ਭਾਜੀ? ਵਧੀਆ ਵਧੀਆ ਭਾਈ, ਠੀਕ ਠਾਕ, ਤੁਸੀਂ ਸੁਣਾਓ ਜੀ? ਠੀਕ ਹੈ ਠੀਕ ਹੈ ਭਾਈ। ਹੋਰ ਬਾਈ ਕਾਕੇ ਕੀ ਹਾਲ ਨੇ? ਸਤਿ ਸ੍ਰੀ ਅਕਾਲ। ਅੱਛਾ ਕੋਮਲ ਵੀਰੇ, ਅੱਜ ਆਪਣੇ ਕੋਲ ਨਾਗ ਜੜੇ ਆ ਟੋਟਲ 6 ਆ ਤੇ ਸਾਰੇ ਟੁੱਕੇ ਆ। ਹਾਂਜੀ ਸੰਧੂ ਸਾਹਿਬ, 6 ਨਾਗ ਆ। ਹਾਂਜੀ, ਜਿੰਨਾ 'ਚ ਇੱਕ ਤੋਕੜ ਕੱਢਣ ਮੈਂ ਵੀ ਹੈਗੀ ਆ। ਓਕੇ, ਤੇ ਬਾਕੀ ਤਿਆਰੀ ਵਾਲੇ ਆ। ਠੀਕ ਹੈ ਜੀ। ਹਾਂਜੀ, ਪਸ਼ੂ ਸਾਰੇ। ਠੀਕ ਹੈ ਜੀ। ਹਾਂਜੀ, ਤਾਂ ਦੱਸੋ ਪਸ਼ੂ ਸਾਰੇ ਟੁੱਕੇ ਆ, ਤਿਆਰੀ ਵਾਲੇ ਆ, ਬਾਕੀ ਇਕੱਲੇ ਇਕੱਲੇ ਨਾਗ ਦੀ ਡਿਟੇਲ ਤੁਹਾਨੂੰ ਮਿਲਦੀ ਜਾਊਗੀ। ਰੇਟ ਪੜਤਾ ਜਿੰਨਾ ਵੀ ਹੋਊਗਾ ਬਿਲਕੁਲ ਜਾਇਜ਼ ਤੇ ਜੈਨੂਅਨ ਹੀ ਆ। ਕੋਈ ਵੀਰ ਵੀ, ਛੋਟੇ ਫਾਰਮਰ ਵੀਰ ਵੀ ਆ, ਥੋੜੇ ਪੈਸੇ ਵੀ ਖਰਚ ਕਰਨੇ ਚਾਹੁੰਦੇ ਆ, ਉਹਨਾਂ ਨੂੰ ਵੀ ਮੁੱਖ ਰੱਖਦੇ ਹੋਏ ਜਿਹੜਾ ਮਾਲ ਖਰੀਦਿਆ ਜਾਂਦਾ ਵੀ ਹਰ ਇੱਕ ਵੀਰ ਦੀ ਪਹੁੰਚ ਵਿੱਚ ਜਿਹੜਾ ਪਸ਼ੂ ਹੋਵੇ। ਲੈ ਕੋਮਲ, ਸ਼ੁਰੂਆਤ ਇਸੇ ਪਹਿਲੇ ਨੰਬਰ ਤੋਂ, ਝੋਟੀ ਤੋਂ ਕਰ ਲਈਏ, ਮੱਝ ਤੋਂ ਕਰ ਲਈਏ, ਕੀ ਡਿਟੇਲ ਆ ਭਰਾ ਜੀ? ਸੰਧੂ ਸਾਹਿਬ, ਇਹ ਦੂਜਾ ਸੂਆ ਜੀ ਇਹ। ਓਕੇ, ਹਾਂਜੀ, ਤੇ ਦਿਨ ਅਜੇ 10 ਲੈ ਜਾਊਗੀ ਅਜੇ ਤਿਆਰੀ ਨੂੰ। 10 ਕੁ ਦਿਨ? ਹਾਂਜੀ, 10 ਦਿਨ ਲੈਂਦੀ ਹੈ, ਬਾਕੀ ਥੱਲਿਓਂ ਥੱਲਿਓਂ ਨਿਕਲੂਗੀ, ਐਂ ਪੂਰੀ ਖੁੱਲੂਗੀ। ਲਓ ਜੀ, ਸੋ 10 ਕੁ ਦਿਨ ਦੋਸਤੋ ਹਜੇ ਸਮਾਂ ਪੈਂਡਿੰਗ ਆ, 10 ਕੁ ਦਿਨ ਕਰਮਾ ਵਾਲੀ ਹਜੇ ਲੈ ਜਾਊਗੀ। ਠੀਕ ਹੈ ਜੀ, ਬਹੁਤ ਸੋਹਣੀ ਹਾਈਟ ਕੱਦ ਦੇ ਵਿੱਚ ਆ, ਚੌੜਾ ਪਿੱਠ ਪੂੜਾ, ਸੋਹਣੀ ਹਾਈਟ, ਸੋ ਲਿਸ਼ਕ ਲੁਸ਼ਕ ਪੂਰੀ ਆ, ਸ਼ੈਨਿੰਗ ਸ਼ੂਨਿੰਗ ਪੂਰੀ ਆ ਝੋਟੀ ਦੇ ਵਿੱਚ, ਤੇ ਨਾਲ ਸੰਧੂ ਸਾਹਿਬ ਨੀਲੀ ਰਾਵੀ ਦੀ ਨਾਲੇ। ਹਾਂ ਬਿਲਕੁਲ ਜੀ, ਸੋ ਮਾਰਕਿੰਗ ਜਿਹੜੀ ਆ ਤੁਸੀਂ ਉਹ ਵੀ ਦੇਖ ਲਓ। ਠੀਕ ਆ ਜੀ, ਸੋ ਚਾਰੇ ਖੁਰ ਚਾਰੇ ਪੈਰ ਧੁੱਪੇ ਆ, ਬਿਲਕੁਲ ਮੁੱਠੀ ਮੁੱਠੀ ਥਣ ਕਰਮ ਵਾਲੀ ਨੂੰ ਲੱਗਾ। ਠੀਕ ਆ ਜੀ, ਵੰਡ ਆਪਸੀ ਥਣਾਂ ਦੀ ਬਹੁਤ ਵਧੀਆ। ਸੋ 10 ਕੁ ਦਿਨ ਕੋਈ ਵੀਰ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ, ਫੇਸ ਕੁਆਲਿਟੀ ਚੰਗੀ ਆ, ਆਹ ਮੂੰਹ ਮੱਥਾ ਤੁਸੀਂ ਇੱਕ ਵਾਰੀ ਚੈੱਕ ਕਰੋ। ਠੀਕ ਆ, ਸੋ ਸਿੰਗ ਸੁੰਗ ਪੂਰਾ ਗੁਲਾਈ ਦੇ ਵਿੱਚ ਤੇ ਬੱਗੀ ਨਾਸ ਆ। ਠੀਕ ਆ, ਹਾਂ ਲਿਆ ਵੀਰ, ਸਤਨਾਮ ਖੋਲ ਕੇ ਤੋਰ ਦਈਏ। ਆਹ ਦੇਖੋ ਜੀ, ਚਮੜੀ ਚੁਮੜੀ ਐਂ ਪਤਲੀ ਜੀ, ਪੂਰੀ ਕੁਆਲਿਟੀ ਵਾਲੀ ਝੋਟੀ ਆ। ਹਾਂ ਨਹੀਂ, ਪੂਰੀ ਫਿੱਟ ਪਾਟ ਆ, ਕਿਸੇ ਪਾਸੇ ਨਹੀਂ ਖੁੰਝੀਗੀ। ਤੇ ਬਾਕੀ ਤਿੱਪਣ ਤੋਂ ਪਾਉਣ ਓਕੇ ਰਿਪੋਰਟ ਆਪਣੇ ਸੰਧੂ ਸਾਹਿਬ, ਤਿੱਪਣ ਐਨ ਇੱਕ ਨੰਬਰ ਆ, ਜਿਹੜਾ ਭੈਣ ਭਰਾਵਾ ਹੋਇਆ ਉਹਦੀ ਤਸੱਲੀ ਕਰਕੇ ਖੜੇ, ਪਿੱਛੇ ਦੀ ਦੋਨਾਂ ਦੀ ਫੁੱਲ ਗਰੰਟੀ, ਉਹ ਆਪਣੇ ਸਾਰੇ ਡੰਗਰਾਂ ਦੀ। ਬਿਲਕੁਲ ਬਿਲਕੁਲ, ਲਓ ਵੀ ਭਰਾਵਾ, ਜੋ ਵੀ ਮੇਰਾ ਵੀਰ ਐਨੀਮਲ ਲੈ ਕੇ ਜਾਂਦਾ, ਕਿਉਂਕਿ ਅੱਜ ਵੀ ਪਸ਼ੂ ਵੱਡੀ ਮਾਤਰਾ ਦੇ ਵਿੱਚ ਗੱਭਣੀ ਆ, ਤੇ ਤਿੱਪ ਕੇ ਤਸੱਲੀ ਤੁਸੀਂ ਕਰ ਲਿਓ। ਠੀਕ ਹੈ ਜੀ, ਉਹ ਮੇਰਾ ਵੀਰ ਆਪਣਾ ਕ੍ਰਾਈਟੇਰੀਆ ਜਿਹੜਾ ਜ਼ਰੂਰ ਪੂਰਾ ਕਰ ਲਿਆ ਕਰੋ। ਠੀਕ ਹੈ ਜੀ, ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਦਾ ਸਾਹਮਣਾ ਨਾ ਤੁਹਾਨੂੰ ਕਰਨਾ ਪਵੇ, ਨਾ ਅੱਗੋਂ ਵਪਾਰੀ ਵੀਰਾਂ ਨੂੰ ਕਰਨਾ ਪਵੇ। ਠੀਕ ਆ,
ਬਿਲਕੁਲ ਚਮੜੀ ਪਤਲੀ ਆ, ਸਕਿਨ ਵਾਈਜ਼ ਤੁਸੀਂ ਵੇਖੋ, ਠੀਕ ਆ ਜੀ, ਬਿਲਕੁਲ ਪਤਲੀ ਸਕਿਨ ਐ ਪਲੀ ਪਈ ਆ ਪੂਰੀ, ਕੋਈ ਲੱਸੀ ਨਹੀਂ ਕੋਈ। ਆ ਦੇਖੋ ਜੀ ਲੈ ਵੀ ਕੋਮਲ ਕਿੰਨੀ ਡਿਮਾਂਡ ਕਰਦਾ ਵੀਰੇ ਦੀ ਸੰਧੂ ਸਾਹਿਬ, ਜੇ ਹੁੰਦੀ ਫੁੱਲ ਤਿਆਰੀ ਦੇ ਹਾਂਜੀ, ਫਿਰ ਤੇ ਸੰਧੂ ਸਾਹਿਬ 1-5 1-10 ਦੀ ਵੇਖਦੀ ਆ। ਹਾਂ ਨਾ ਆਪਾਂ 1-5 ਕਰਨਾ ਨਾ 10 ਕਰਨਾ ਅੱਜ। ਹਾਂ ਅੱਜ 1 ਲੱਖ ਮੁੱਲ ਆ, ਹਾਂ 1 ਲੱਖ ਜੋ 5 ਛੱਡ ਦਾਂਗੇ 95 ਦੀ ਦੇ ਦਾਂਗੇ। 95 ਦੀ ਹਾਂਜੀ, ਬਾਕੀ ਕੋਈ ਆਏ ਭੈਣ ਭਰਾ ਦਾ ਮਾਨਦਾਨ ਕਰਦਾ, ਕੋਈ ਗੱਲ ਨਹੀਂ। ਹਾਂ ਹਾਂਜੀ ਲਓ ਜੀ 95,000 ਦੀ ਦੋਸਤੋ ਇਹ ਤੁਹਾਨੂੰ ਅੱਜ ਮਿਲ ਜੂਗੀ, ਠੀਕ ਆ। ਸੋ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਕਿਸੇ ਵੀਰ ਦੇ ਘਰ ਆਏ ਦਾ, ਸੈਕਿੰਡ ਟਾਈਮਰ ਦੂਜਾ ਸੂਬਾ ਇਹ ਸੂਣ ਵਾਲੀ ਹੈ, ਠੀਕ ਆ। ਸੋ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ, ਟਿਪ ਕੇ ਆਪਣੀ ਤਸੱਲੀ ਕਰ ਲਿਓ, ਬਾਕੀ ਭਾਰ ਪਿੱਛੇ ਦੀ ਕੋਈ ਕਿਸੇ ਰਕਮ ਦੀ ਕੋਈ ਸਮੱਸਿਆ ਨਹੀਂ ਹੈਗੀ, ਅਤੇ ਟਿਪ ਕੇ ਆਪਣਾ ਭਰਾ ਕੇ ਤਸੱਲੀ ਤੁਸੀਂ ਕਰਨੀ ਹੈ, ਠੀਕ ਆ। ਸੋ 95,000 ਵਿੱਚੋਂ ਛੋਟ ਛਾਪਾ ਹੋ ਜੂਗਾ। ਲੈ ਵੀ ਕੋਮਲ ਸੈਕਿੰਡ ਨੰਬਰ 'ਤੇ ਇੱਧਰ ਆਪਣੇ ਕੋਲ ਜਿਹੜੀ ਆਹ ਮੱਝ ਆ ਗਈ ਆ ਸੰਧੂ ਸਾਹਿਬ, ਇਹ ਤੋਕੜ ਗੱਭਣ ਆ। ਤੋਕੜ ਗੱਭਣ, ਹਾਂਜੀ। ਤੇ ਸਮਾਂ ਕਿੰਨਾ ਗਾ ਸੰਧੂ ਸਾਹਿਬ? 6.5 ਮਹੀਨਿਆਂ ਦੀ ਗੱਭਣ ਆਏ। ਅੱਛਾ ਜੀ, ਹਾਂਜੀ, ਚੈੱਕ ਪਾਸ ਆ। ਤੇ ਬਾਕੀ ਜਿਹੜੇ ਭੈਣ ਭਰਾ ਨੇ ਖੜਨੀ ਆਉਂਦੀ ਤਸੱਲੀ ਕਰਕੇ ਖੜੇ, ਚੈੱਕ ਕਰਾ ਕੇ ਖੜੇ। ਬਸ 6.5 ਮਹੀਨਿਆਂ ਦੀ, ਹਾਂਜੀ। ਦੁੱਧ ਇਸ ਵਕਤ ਕਿੰਨਾ? ਦੁੱਧ ਸੰਧੂ ਸਾਹਿਬ 5 ਹੀ ਉਹ, ਆਪਾਂ 4 ਕਿਲੋ ਕਹਿ ਕੇ ਦੇਣੀ ਆ, ਪਰ ਮਿਲਦੀ ਟੀਕੇ ਦੇ ਆ। ਟੀਕੇ ਤੇ ਆ, ਹਾਂਜੀ, ਉੱਥੇ ਭਾੜੇ ਤੇ ਮਿਲਦੀ, ਆਪਣੇ ਘਰੇ ਆ ਕੇ ਟੀਕਾ ਲਵਾਇਆ। ਇੱਕ ਟਾਈਮ ਹੀ ਆ ਕਿ ਦੋਵੇਂ ਮਿਲਦੀ? ਦੋਨੇ ਟਾਈਮ ਮਿਲਦੀ ਆ ਸੰਧੂ ਸਾਹਿਬ, ਦੋਨੋਂ ਡੱਗ ਮਿਲਦੀ? ਹਾਂਜੀ, ਦੋਨੋਂ ਡੱਗ। 6 ਕਿਲੋ 5 ਕਿਲੋ ਨੈਟ? ਨਹੀਂ, 4 ਕਿਲੋ ਦੀ ਫੁੱਲ ਗਰੰਟੀ ਆਪਣੀ। 4 ਕਿਲੋ, ਹਾਂਜੀ। ਲਓ ਵੀ 4 ਕਿਲੋ ਦੁੱਧ 6.5 ਮਹੀਨੇ ਦੀ ਗੱਭਣ ਆ। ਤੇ ਸੂਆ ਕਿਨਵਾ ਅੱਗੇ ਸੂਦੀ ਹੈ? ਸੰਧੂ ਸਾਹਿਬ 3ਜਾ ਸੂਆ ਸੂਗੀ, ਹੁਣ ਦੂਜੇ ਦੇ ਚੱਲਣ ਡਈ ਆ। ਠੀਕ ਆ ਜੀ, ਹਾਂਜੀ। ਲਓ ਵੀ 3ਜਾ ਸੂਆ ਦੋਸਤੋ ਇਹਨੇ ਸੂਣਾ, ਤੇ 4 ਕਿਲੋ ਇਸ ਵਕਤ ਇਹਦੇ ਥੱਲੇ ਦੁੱਧ ਆ। ਬਾਕੀ ਸੱਜਰ ਮੈਂ ਬਹੁਤ ਜ਼ਿਆਦਾ ਬਣਦੀ ਆ, ਆਪਣੇ ਤੋਂ ਵੀਡੀਓ ਹੈਗੀ ਆ, ਫੋਟੋ ਹੈਗੀ ਆ ਪਿਛਲੇ ਘਰ ਦੀ। ਹਾਂਜੀ, ਇਹ ਵਿਖਾ ਦਿਓ। ਇਸੇ ਮੈਂ ਦੀ ਆ? ਹਾਂਜੀ, ਇਸੇ ਦੀ ਆ ਜੀ। ਲਓ ਜੀ, ਇਹ ਦੋਸਤੋ ਜਦੋਂ ਬਿਲਕੁਲ ਬਣਦੀ ਥਣਦੀ ਆ ਕਰਮਾ ਵਾਲੀ, ਇਹ ਤੁਸੀਂ ਵੇਖ ਸਕਦੇ ਜੇ ਕੁਝ ਸਿਆਲ ਦੇ ਪੱਖ ਦੇ ਵਿੱਚ ਸੂਈ ਆ, ਠੀਕ ਆ ਜੀ। ਤੇ ਜਦੋਂ ਪੂਰੀ ਤਿਆਰੀ ਤੇ ਹੁੰਦੀ ਆ, ਤੇ ਆਹ ਜਿਹੜਾ ਸਟਰਕਚਰ ਲੇਵੇ ਦਾ ਹੁੰਦਾ, ਠੀਕ ਆ ਜੀ। ਬਾਕੀ ਸੰਧੂ ਸਾਹਿਬ ਕੋਈ ਇੱਥੇ ਆਊਗਾ ਉਹਨੂੰ ਵੀ ਵਿਖਾ ਦਾਂਗੇ, ਕੋਈ ਚੱਕਰ ਨਹੀਂ ਆਪਾਂ ਨੂੰ। ਆਹ ਪੂਰੀ ਬਣਦੀ ਥਣਦੀ ਆ। ਤੇ ਚੋਣ ਚਾਣ ਦੀ ਦੱਸਦੀ ਆ ਕਿਵੇਂ ਆ? ਸੰਧੂ ਸਾਹਿਬ 1 ਨੰਬਰ ਲੱਗੀ ਆ, ਚਵਾਈ ਆ ਪੂਰੀ। ਹਾਂ ਹਾਂਜੀ, ਜਿਹੜਾ ਭੈਣ ਭਰਾ ਆਵੇ ਚੋਕੇ ਖੜੇ। ਹਾਂਜੀ ਲਓ ਜੀ। ਸੋ ਬਾਕੀ ਦੋਸਤੋ ਜਦੋਂ ਪੂਰੀ ਤਿਆਰੀ ਤੇ ਹੁੰਦੀ ਆ, ਉਹ ਵੀ ਤੁਹਾਨੂੰ ਆਪਾਂ ਵਿੱਚ ਇੱਕ ਸ਼ਾਰਟ ਦੇ ਵਿੱਚ ਕਲਿੱਪ ਦਿਖਾਤਾ, ਉਹ ਤਿਆਰੀ ਵਾਲੀ ਆ ਵੀ ਜਿੱਥੋਂ ਵੀ ਆਈ ਉਹਨਾਂ ਵੀਰਾਂ ਨੇ ਕਿਤੇ ਨਾ ਕਿਤੇ ਫੋਟੋ ਸਨੈਪ ਕਰਕੇ ਰੱਖੀਆਂ ਸੀ ਇਹਦੀਆਂ। ਬਾਕੀ ਬਣਦੀ ਥਣਦੀ ਪੂਰਾ ਹੈ, ਹੁਣ ਵੀ ਤਕਰੀਬਨ 6.5 ਮਹੀਨਿਆਂ ਦੀ ਜਿਹੜੀ ਇਹ ਗੱਭਣ ਆ, ਠੀਕ ਆ ਜੀ। ਸੋ 4 ਕਿਲੋ ਦੁੱਧ ਵੀ ਆ ਤੇ ਗੱਭਣ ਵੀ ਆ 6.5 ਮਹੀਨਿਆਂ ਦੀ, ਤੋਕੜ ਗੱਭਣ ਆ। ਸੋ ਬਹੁਤੇ ਵੀਰ ਜਿਹੜੇ ਡਿਮਾਂਡ ਕਰਦੇ ਰਹਿੰਦੇ ਆ ਵੀ ਤੋਕੜ ਗੱਭਣ ਨਗ ਖਰੀਦਣ ਦੀ, ਵੇਲ ਵੇਖੋ ਤੁਸੀਂ, ਲੰਬਾਈ ਲੰਬੀ ਪੂਰੀ ਆ, ਠੀਕ ਆ। ਲਓ ਜੀ, ਤਿਆਰੀ ਤੇ 13-14 ਕਿਲੋ ਦੁੱਧ ਕੱਢਦੀ ਆ। ਹਾਂਜੀ, ਸਹੀ ਆ, ਸਹੀ, ਪੂਰੀ ਕੁਆਲਿਟੀ ਵਾਲੀ ਆ। ਚਲੋ ਵੈਸੇ ਵੀ ਕਈ ਹਜੇ ਵੀ ਜੇਕਰ 4 ਕਿਲੋ ਦੁੱਧ ਆ ਤੇ ਕੋਈ ਮਹੀਨਾ ਖੰਡ ਆਰਾਮ ਨਾਲ, ਬਾਕੀ 2-2.5 ਮਹੀਨੇ ਕੋਈ ਬੰਦਾ ਟਰਾਈ ਕਰ। 2-2.5 ਮਹੀਨੇ ਦਾ ਆਰਾਮ ਨਹੀਂ ਮਿਲ ਜਾਊਗੀ, ਮਿਲ ਪੂਗੀ, ਕੋਈ ਗੱਲ ਨਹੀਂ। ਹਾਂਜੀ, ਠੀਕ ਆ। ਅੱਛਾ ਕੋਮਲੇ ਦੀ ਡਿਮਾਂਡ ਕੀ ਕਰਦਾ ਫਿਰ ਸੰਧੂ ਸਾਹਿਬ? ਨਾ ਕਰਨਾ 65, ਨਾ ਕਰਨਾ 60। ਹਾਂ ਹਾਂ, ਨਾ 55,000 ਦੀ ਦੇ ਦਾਂਗੇ। 55,000? ਹਾਂਜੀ, ਘਰੇ ਆਏ ਭੈਣ ਭਰਾ ਦਾ ਮਾਨਦਾਨ ਕਰਦਾਂ, ਕੋਈ ਗੱਲ ਨਹੀਂ। ਠੀਕ ਆ ਜੀ, ਹਾਂਜੀ। ਲਓ ਵੀ 55,000 ਦੀ ਭਰਾਵੋ ਇਹ ਤੁਹਾਨੂੰ ਮਿਲ ਜੂਗੀ, ਤੋਕੜ ਗੱਭਣ ਇਹ ਮੱਝ ਆ, ਠੀਕ ਆ। ਸੋ ਬਾਕੀ ਤੁਸੀਂ ਪੀਕ ਦਾ ਦੁੱਧ ਨੋਟ ਕਰ ਲਿਓ, ਆਪ ਅੰਦਾਜ਼ਾ ਲਾ ਲਿਓ। ਹੁਣ ਵੀ ਕਰਮਾਲੀ ਤਕਰੀਬਨ ਕੋਈ 6.5-7 ਮਹੀਨੇ ਦੀ, ਵੈਸੇ ਵੀ ਆਪਾਂ ਐਨੀਮਲ ਕੋਈ ਪਸ਼ੂ ਡਰਾਈ ਕਰ ਦਿੰਦੇ ਆ, ਤੇ ਕੋਈ ਮਹੀਨਾ ਖੰਡ ਚੋਗੇ ਵੀ ਤੁਸੀਂ ਜਿਹੜਾ ਡਰਾਈ ਕਰ ਲਓਗੇ, ਠੀਕ ਆ ਜੀ, ਕੋਈ 6.5-7 ਮਹੀਨੇ ਦੀ ਡਰਾਈ ਕਰ ਲਓਗੇ, 2.5 ਮਹੀਨੇ ਵੈਸੇ ਵੀ ਪਸ਼ੂ ਆਪਾਂ ਨੂੰ ਛੱਡਣਾ ਚਾਹੀਦਾ। ਲੈ ਵੀ ਕੋਮਲ, ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਝੋਟੀ, ਇਹਦੀ ਡਿਟੇਲ ਸੰਧੂ ਸਾਹਿਬ? ਇਹ 4-5 ਦਿਨ ਖੜਦੀ ਹੈ ਸੂਣ 'ਚ। ਠੀਕ ਆ, ਤੇ ਦੂਜਾ ਸੂਆ ਹੈ ਵੀ। ਠੀਕ ਆ ਜੀ, ਹਾਂਜੀ, ਥੱਲੇ ਥੱਲੇ ਬਹੁਤ ਵਧੀਆ ਤਿਆਰੀ ਕੱਢੀ ਆਉਂਦੀ ਹੈ। ਲਓ ਦੋਸਤੋ, ਟੁੱਕੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਟੁੱਕੀ ਆ, ਤਿਆਰੀ ਵਾਲੀ ਆ, ਬਾਕੀ ਥਣ ਥੁਣ ਤੁਸੀਂ ਵੇਖੋ, ਆ ਕਰੋ ਚੈੱਕ, ਠੀਕ ਆ ਜੀ। ਸੋ ਸੋਹਣੀ ਲੇਵਟੀ, 1 ਸਾਰ ਲੇਵਾ, ਮੁੱਠੀ ਥਣ, ਸਪੇਸ ਵੰਡ ਚੰਗੀ ਆ, ਠੀਕ ਆ।
ਸੈਕਿੰਡ ਟਾਈਮ ਮੇਰਾ ਦੂਜਾ ਸੂਆ ਹੈ, ਦੂਜਾ ਸੂਆ ਹੀ ਨਾ, ਦੂਜਾ ਸੂਆ ਸੰਧੂ ਸਾਹਿਬ। ਐ ਮੁੱਠੀ ਮੁੱਠੀ ਥਾਣ ਲੱਗਾ ਪੂਰਾ ਕੁਆਲਿਟੀ ਵਾਲਾ। ਲਓ ਜੀ ਬਿੱਲਾਂ ਦੇ ਖਲੋਣੀ ਖਲਾਣੀ ਝੋਟੀ ਦੀ ਚੰਗੀ ਹੈ ਉਹ, ਐਸੇ ਕਈ ਨਾ ਦੋਸਤ ਆਪਾਂ ਜ਼ਿਕਰ ਕਰ ਦਿੰਦੇ ਹੁੰਦੇ ਆ, ਜਦੋਂ ਬਾਹਲੀ ਕੋਈ ਚੰਗੀ ਸਾਂਭ ਸੰਭਾਲ ਦੇ ਵਿੱਚੋਂ ਪਸ਼ੂ ਨਿਕਲੇ ਉਹ ਵੀ ਆਪਾਂ ਤੁਹਾਡੇ ਨਾਲ ਬਿਲਕੁਲ ਸਾਂਝਾ ਕਰ ਦਿੰਦੇ ਹੁੰਦੇ ਆ। ਕਈ ਨਾ ਨੋਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਵੀ ਪਸ਼ੂ ਨਿਕਲਦੇ ਆ, ਤੇ ਥੋੜੀ ਜਿਹੀ ਨੋਰਮਲ ਉੱਪਰੋਂ ਸਾਂਭ ਸੰਭਾਲ ਘੱਟ ਹੋਈ ਹੈ ਝੋਟੀ ਦੀ। ਬਾਕੀ ਮੂੰਹ ਮੱਥੇ ਦੀ ਵੇਖੋ ਤੁਸੀਂ, ਅੱਖ ਉੱਖ ਬਿੱਲੀ ਮਣਕੀ ਆ, ਖੁਰਾਕਰਾਂ ਦੇ ਉੱਪਰ ਨਿਸ਼ਾਨ ਪ੍ਰੋਪਰ। ਬਾਕੀ ਜਿਹੜੀ ਮੇਨ ਗੱਲ ਆ ਥਣ ਲੇਵੇ ਵਾਲੇ ਪਾਸਿਓ ਕਰਮ ਵਾਲੀ ਬਹੁਤ ਸਫਾਈ ਆ, ਬਰੀਕੀ ਬਰੂਕੀ ਦੇ ਵਿੱਚ ਆ ਪੂਰੀ। ਅਜੇ ਵੀ ਤਕਰੀਬਨ ਕੋਈ ਦਿਨ ਆਰਾਮ ਨਾਲ ਕੱਢ ਜੂਗੀ, ਪੰਜ ਲੈ ਜੇ ਚਾਰ ਲੈ ਜੇ ਤਾਂ ਪਸ਼ੂ ਵੈਸੇ ਤਿਆਰੀ ਵਾਲਾ ਹੋ ਸਕਦਾ ਵੀ ਇਹਦੇ ਦਿਨ ਜਿਹੜੇ ਆ ਦੋਸਤੋ ਖੂਨ ਦੇ ਬਿਲਕੁਲ ਪੂਰੇ ਹੋਏ ਹੋਣ, ਇੱਕ ਅੱਧਾ ਦਿਨ ਕੋਈ ਰਹਿੰਦਾ ਹੋਵੇ, ਬਾਕੀ ਦਿਨ ਉੱਪਰ ਲੈਂਦੀ ਹੋਵੇ, ਠੀਕ ਹੈ ਜੀ, ਉਹ ਤੁਸੀਂ ਆਪ ਜੱਜਮੈਂਟ ਕਰ ਲਿਓ। ਝੋਟੀ ਲਵੀ ਆ ਅਤੇ ਜਿੱਦਾਂ ਕਿ ਨੋਰਮਲੀ ਸਾਰੇ ਵੀਰਾਂ ਦਾ ਡਿਸੀਜਨ ਹੁੰਦਾ ਹੈ ਵੀ ਇੱਕ ਬਿਲਕੁਲ ਲਵਾ ਪਸ਼ੂ ਖਰੀਦਿਆ ਜਾਵੇ, ਜਿਵੇਂ ਪਹਿਲਾਂ ਦੂਜਿਆਂ ਨੂੰ ਝੋਟੀਆਂ ਖਰੀਦੀਆਂ ਜਾਣ, ਅਤੇ ਗਾਂਹ ਨੂੰ ਆਪਦੇ ਕਿੱਲੇ 'ਤੇ ਤਕਰੀਬਨ ਕੋਈ 200-400 ਵੀ ਟਿਕਾਇਆ ਜਾਵੇ ਪਸ਼ੂ, ਠੀਕ ਆ। ਅਤੇ ਸੋਹਣੇ ਲੇਵੇ ਦੇ ਵਿੱਚ ਥਣ ਥੁਣ ਦੀ ਕੁਆਲਿਟੀ ਚੰਗੀ ਆ, ਬਰੀਕੀ ਬਰੂਕੀ ਤੁਸੀਂ ਆਪ ਵੇਖ ਕੇ ਚੈੱਕ ਕਰ ਲੈਣੀ, ਠੀਕ ਹੈ। ਪਤਲੀ ਚਮੜੀ ਦੀ ਆ ਬਾਕੀ, ਐਂ ਪੂਰੀ ਉਹ ਜਿਹਾ ਨਹੀਂ ਹੈ, ਠੀਕ ਹੈ ਜੀ। ਲੈ ਵੀ ਕੋਮਲ ਦੇ ਦਈਏ, ਕਿੰਨੇ ਦੀ ਝੋਟੀ ਹੈ ਸੰਧੂ ਸਾਹਿਬ? ਨਾ ਕਰਨਾ ਇਹਦਾ 80 ਤੇ ਨਾ ਕਰਨਾ 75। ਹਾਂਜੀ 70 ਦੀ ਦੇ ਦਾਂਗੇ ਪੂਰੇ ਜੀ, 70 ਦੀ। ਹੋਰ ਕਰ ਦਈਏ? ਕਰ ਦਿਓ ਵੀਰ, ਜਿੰਨਾ ਸੰਧੂ ਸਾਹਿਬ 3000 ਹੋਰ ਛੱਡ ਦਾਂਗੇ, 67 ਦੀ ਦੇ ਦਾਂਗੇ, 67 ਦੀ। ਹਾਂਜੀ ਮੌਕੇ ਤੇ ਕਰ ਦਾਂਗੇ, ਹੋਰ ਭੈਣ ਭਰਾ ਆਏ ਦਾ ਮਾਨ ਤਾਂ ਕਰ ਦਾਂਗੇ। 67,000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ, ਠੀਕ ਹੈ ਜੀ। 67,000 ਦੀ, 3000 ਘੱਟ 70,000 ਦੀ ਝੋਟੀ ਚੰਗੀ ਆ, ਬਾਕੀ ਪਸੰਦ ਆਊਗੀ, ਬਰੀਕੀ ਬਰੂਕੀ ਪੂਰੀ ਆ, ਤੇ ਮੂੰਹ ਮੱਥੇ ਦੀ ਵੀ ਚੰਗੀ ਆ, ਠੀਕ ਆ ਜੀ। ਨਾਲੇ ਨਵੇਂ ਦਾ ਨਵਾਂ ਐਨੀਮਲ ਆ, ਨਵੇਂ ਦਾ ਨਵਾਂ ਪਸ਼ੂ ਆ, ਸੋ ਜ਼ਰੂਰ ਤੁਸੀਂ ਹੱਥ ਪਾ ਲਿਓ। 67,000 ਦੀ ਇਹ ਝੋਟੀ ਮਿਲ ਜੂਗੀ ਪੂਰੀ ਤਿਆਰੀ ਵਾਲੀ। ਲੈ ਵੀ ਕੋਮਲ, ਅੱਗੇ ਆਪਣੇ ਕੋਲ ਵੈੜਾਂ ਦੀ ਕੈਟਾਗਰੀ ਦੇ ਵਿੱਚ ਇਹ ਪਹਿਲੇ ਨੰਬਰ ਤੇ ਵੈੜ ਖੜੀ ਆ। ਹਾਂਜੀ ਸੰਧੂ ਸਾਹਿਬ, ਇਹ ਹੋਊਗੀ ਜਾਂ ਦੂਜਾ ਸੂਆ ਹੋਊਗੀ? ਓਕੇ ਹਾਂਜੀ, ਕੋਈ ਤੀਜਾ ਵੀ ਮੰਨ ਲਏ ਕੋਈ ਗੱਲ ਨਹੀਂ, ਆਪਾਂ ਨੂੰ ਕਿਹੜਾ ਕੋਈ ਗੁੱਸਾ। ਹਾਂਜੀ, ਤੇ ਬਾਕੀ ਥੱਲਿਓ ਥੱਲਿਓ ਐ ਪੂਰੀ ਬਣੀ ਬੁਣੀ ਐ ਪੂਰੀ ਆ, ਠੀਕ ਆ ਜੀ। ਹਾਂਜੀ ਆ ਕਰੋ ਚੈੱਕ ਜੀ, ਐ ਪੂਰੀ ਨਿੱਗਰ ਵਾਲੇ ਵਾ, ਥਣ ਥੁਣ ਬੜਾ ਕੁਆਲਿਟੀ ਦਾ ਲੱਗਾ ਹੈ। ਹਾਂਜੀ ਮੁੱਠੀ ਮੱਠੀ ਲੱਗਾ ਥਣ ਪੂਰਾ ਐਂ ਤੇ, ਠੀਕ ਹੈ ਠੀਕ ਹੈ। ਟਿੱਪਣ ਤੋਂ ਉੱਪਰ ਦਾ ਬੋਲਾ ਭੰਨ ਗਈ ਫਿਰ ਹੈ? ਹਾਂਜੀ ਭੰਨ ਗਈ ਜੀ ਬੋਲਾ। ਤੇ ਲੈ ਜੂਗੀ 2-4 ਦਿਨ? ਹਾਂਜੀ 2-4 ਦਿਨ ਕੱਢ ਜੂਗੀ, ਆ ਕੱਢ ਜੂਗਾ ਢਿੱਲਾ ਢੋਲਾ ਜਿਹੜੀਆਂ ਹੈਗੀਆਂ ਥੋੜੀਆਂ ਬਾਲੀਆਂ। ਤੇ ਸੋਹਣਾ ਬਣੀ ਵੀ ਥੱਲਿਓ ਪੂਰਾ? ਹਾਂਜੀ ਬਣੀ ਪਈ ਪੂਰੀ, ਪੱਥਰ ਵਰਗਾ ਲੇਵਾ ਦੋਸਤੋ ਬਿਲਕੁਲ। ਆਪਾਂ ਗੱਲ ਕਰੀਏ ਵੀ ਇੱਕ ਨਿੱਗਰ ਲੇਵੇ ਦੇ ਵਿੱਚ ਆ, ਕੋ ਤੀਜਾ ਕਿ ਸੂਬਾ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਓ। ਰੰਗ ਰੁੰਗ ਦੀ ਗੱਲ ਕਰੀਏ, ਡੱਬੀ ਆ ਪ੍ਰਿੰਟ ਵਾਈਜ਼ ਵੇਖੀਏ, ਠੀਕ ਹੈ ਜੀ। ਤੇ ਲਿਆ ਵੀਰ ਸਤਨਾਮ, ਮੋੜ ਮੜਾ ਇੱਧਰ ਖੋਲ ਕੇ ਤੋਰੀ ਇਹਨੂੰ। ਘਰ ਵਾਲਿਆਂ ਦੇ ਕਹਿਣ ਮੁਤਾਬਕ ਵੀ 16-17 ਕਿਲੋ ਦੁੱਧ ਭਰਦੀ ਆ। ਅੱਛਾ ਜੀ, ਹਾਂਜੀ 16-17 ਕਿਲੋ ਘੱਟ ਨਹੀਂ ਕਿਹਾ ਘਰ ਵਾਲਿਆਂ ਨੇ? ਕਿਤੇ 18-20 ਤੇ ਨਹੀਂ ਕਿਹਾ ਕਿਤੇ? ਘਰ ਵਾਲੇ ਦੇ ਸੰਧੂ ਸਾਹਿਬ ਬੜਾ ਕਹਾਂਦੇ, ਉਹ ਤਾਂ ਜ਼ਿਆਦਾ ਵੀ ਦੱਸਦੇ ਪਰ ਆਪਾਂ ਘੱਟ ਹੀ ਦੱਸਦੇ। ਹਾਂ ਚਵਾ ਦੂਗੀ ਬੱਚੀ, ਗਾ ਰੋਤਾ ਵਾਲੀ ਆ। ਚਵਾ ਦੂ ਸੰਧੂ ਸਾਹਿਬ ਪੂਰੀ ਥੱਲੇ ਆ। ਗਾ ਕਰਮ ਵਾਲੀਆਂ ਦੀ ਆਪਾਂ ਗੱਲ ਕਰਦੇ ਹੁੰਦੇ ਵੀ ਰੋਤਾ ਉਹਨਾਂ ਦੀ ਠੰਡੀ ਰੋਤਾ। ਰੋਤੇ ਇਹਨਾਂ ਦੀ ਸੰਧੂ ਸਾਹਿਬ, ਮੀਂਹ ਮੂੰਹ ਪਈ ਜਾਂਦੇ ਹੁਣ। ਤੋ ਲੇਵੇ ਲੂਵੇ ਦੀ ਪੂਰੀ ਨਿੱਗਰ ਆ, ਠੀਕ ਆ ਜੀ। ਤੋਰਾ ਤੁਸੀਂ ਵੇਖੋ ਅੱਗੇ ਕੋਈ ਵੀਰ ਸੋਹਣੀ ਸੇਵਾ ਸੰਭਾਲ ਚੰਗੀ ਕਰ ਲੂਗਾ, ਤੇ ਬੱਚੀ ਦੁੱਧ ਚੰਗਾ ਚਵਾ ਦੂਗੀ, ਠੀਕ ਆ। ਆਮ ਨੋਰਮਲ ਜੇ ਆਪਾਂ ਗੱਲ ਕਰੀਏ ਤੇ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ, ਵੱਡੀਆਂ ਵੈੜਾਂ ਦੇ ਵਿੱਚ ਹੀ ਆ ਜਾਂਦੀ ਆ। ਥੋੜਾ ਜਿਹਾ ਅੱਗੋਂ ਵੀਰ ਕੋਈ ਚੰਗੀ ਸੇਵਾ ਕਰ ਲੂਗਾ, ਸਾਂਭਣ ਸੁੰਭਣ ਦੀ ਲੋੜ ਆ। ਇੱਧਰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਥਣ। ਹੈਲੋ ਜੀ, ਹਾਂਜੀ, ਠੀਕ ਹੈ ਜੀ। ਅੱਛਾ ਕੀ ਕਰਦੇ ਆ ਕੋਮਲ? ਡਿਮਾਂਡ ਸੰਧੂ ਸਾਹਿਬ ਨਾ 55 ਨਾ 50, 45 ਦੀ ਦੇ ਦਾਂਗੇ। 45 ਦੀ, ਹਾਂਜੀ
ਹੋਰ ਕਰ ਦਈਏ ਦੇ ਲੈ ਜਿਹੜੀ ਗੱਲ ਕਰਦੀ ਆ ਵੀ ਜੇ ਤੇ 100 200 ਰੁਪਏ ਹਾਂ ਨਾ ਹੀ 40,000 ਦੀ ਦੇ ਦਾਂਗੇ ਆ ਛੋੜ ਹੀ ਕਰਾਂਗੇ 100 200 ਆ ਬਸ ਬਾਕੀ ਕਸਰ ਨਿਕਲ ਗਿਆ ਸਾਰੀਆਂ ਠੀਕ ਆ ਜੀ ਹਾਂਜੀ ਲਓ ਦੋਸਤੋ 40,000 ਦੀ ਇਹ ਯੈਸ ਨੋ ਹੀ ਆ ਤੇ ਕੋਈ 100 200 ਰੁਪਏ ਕਿਸੇ ਵੀਰ ਕਿਸੇ ਸੱਜਣ ਦਾ ਬਿਲਕੁਲ ਪਿਆਰ ਮੁਹੱਬਤ ਦੇ ਨਾਲ ਮਾਨਤਾ ਨਹੀਂ ਹੋਣਾ ਕੋਈ ਰੱਸਾ ਛਡਾਈ ਠੀਕ ਆ ਜੀ ਪਹਿਲਾਂ ਜਿਹੜਾ ਵੀਰਾਂ ਦਾ ਵੀ ਆਪਾਂ ਲੈਸ ਉਨੀ ਕਰ ਦਿੱਤੀ ਆ ਸੋ 45,000 ਦੀ ਡਿਮਾਂਡ ਆ ਬਾਕੀ ਪਸੰਦ ਆਊਗੀ ਵੈੜ ਚੰਗੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਲੈ ਵੀ ਵੀਰ ਸਤਨਾਮ ਸਿੰਘ ਜਿਹੜੀ ਅੱਗੇ ਕੋਮਲ ਵੀਰ ਅੱਗੇ ਆ ਗਈ ਆਪਣੇ ਕੋਲ ਬੈਠ ਸੰਧੂ ਸਾਹਿਬ ਇਹ ਦੂਜਾ ਸੂਆ ਹੋਊਗੀ ਓਕੇ ਹਾਂਜੀ ਬਾਕੀ ਕੋਈ ਭੈਣ ਭਰਾ ਦੀ ਸਮਝਣਾ ਤੇਜਾ ਵੀ ਮੰਨ ਲਿਆ ਆਪਾਂ ਨੂੰ ਕਿਹੜਾ ਕੋਈ ਗੁੱਸਾ ਤੇ ਬਾਕੀ ਥਾਂ ਥੁਣ ਬਹੁਤ ਲੱਗਾ ਕੁਆਲਿਟੀ ਵਾਲਾ ਮੁੱਠੀ ਮੁੱਠੀ ਨਾਲ ਲੱਗਾ ਕ੍ਰਾਸ ਸੀ ਆ ਗਈ ਹਨਾ ਹਾਂਜੀ ਸ਼ਾਹੀ ਵਾਲ ਕ੍ਰਾਸ ਸੀ ਆ ਜੀ ਅੱਛਾ ਜੀ ਹਾਂਜੀ ਅਜੇ ਲੈ ਜੂਗੇ ਵੀ ਹਫਤਾ ਕ ਖੰਡ ਮੰਨ ਕੇ ਕੋਈ ਹਫਤਾ ਕ ਲੈ ਜੂਗੀ ਲੜ ਲੁੜ ਕਾਫੀ ਅਜੇ ਹਾਂਜੀ ਹਾਂਜੀ ਦੁੱਧ ਦੁੱਧ ਵੀ ਚੰਗਾ ਭਰਦੀ ਆ ਪੂਰਾ ਤਾਂ ਦੋਸਤੋ ਵੈਸੇ ਚਾਰ ਥਾਣਾ ਕਿਸੇ ਤਰ੍ਹਾਂ ਦੀ ਰਿਪੋਰਟ ਕਿਸੇ ਤਰ੍ਹਾਂ ਦਾ ਕੋਈ ਸ਼ਾਂਕ ਨਹੀਂਗਾ ਨਾਲ ਐਕਸਟਰਾ ਠੀਕ ਹੈ ਜੀ ਸੋ ਚਾਰ ਥਾਣਾ ਪੂਰਾ ਲੰਬਾਈ ਵਾਲਾ ਮੁੱਠੀ ਥਾਣਾ ਵੈਸੇ ਰੰਗ ਰੁੰਗ ਵੀ ਜਿਵੇਂ ਆਪਾਂ ਗੱਲ ਕਰਦੇ ਨੇ ਬਿਲਕੁਲ ਬਦਾਮੀ ਰੰਗ ਦੇ ਵਿੱਚ ਆ ਠੀਕ ਆ ਤੇ ਝਾਲਰ ਝੁੱਲਰ ਗੱਲ ਕੰਬਲ ਉਸੇ ਤਰ੍ਹਾਂ ਹੀ ਤੇ ਕਰੋਸ ਅੰਗ ਆ ਠੀਕ ਆ ਜੀ ਪਿਓਰ ਸ਼ਾਹੀਵਾਲ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਕਿ ਕਰੋਸ ਅੰਗ ਦੇ ਵਿੱਚ ਸੰਧੂ ਸਾਹਿਬ ਇਹ ਹਾੜ ਥਿਆਲ ਵਾਲੀ ਹਾੜ ਵੀ ਚੱਲੀ ਜਾਂਦੀਆਂ ਸਿਆਲ ਵੀ ਚੱਲੀ ਜਾਂਦੀਆਂ ਹਾਂ ਬਿਲਕੁਲ ਜੀ ਬਿਲਕੁਲ ਆ ਦੇਖੋ ਠੀਕ ਆ ਲੈ ਵੀ ਸਤਨਾਮ ਖੋਲ ਕੇ ਤੋਰੀ ਵੀਰ ਲਓ ਵੀ ਭਰਾਵੋ ਦਿਨ ਕੋਈ 5 ਲੈ ਜਾਂ 6 ਲੈ ਜਾਂ ਜਿੰਨੇ ਦਿਨ ਵੀ ਲੈ ਜਾਓ ਕਰਮ ਵਾਲੀ ਉਹਨਾਂ ਹੀ ਇਹਦੇ ਲਈ ਚੰਗਾ ਠੀਕ ਆ ਜੀ ਉਨੀ ਥੱਲੇ ਬਣ ਥਣ ਜਾਊਗੀ ਤੇ ਸੂਆ ਮੇਰਾ ਵੀਰ ਤੁਸੀਂ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਦੂਜੇ ਵੀ ਜਾਪਦੀ ਆ ਕੋਈ ਵੀਰ ਤੀਜੇ ਮੰਨ ਕੇ ਖਰੀਦਦਾਰੀ ਕਰ ਲੇ ਤੇ ਬਾਹਲੇ ਲੰਮੇ ਚੜ੍ਹ ਬਾਕੀ ਟਿੱਪਣ ਸੰਧੂ ਸਾਹਿਬ ਅਜੇ ਗੁੰਦਾ ਹੀ ਆਉਂਦਾ ਹੀ ਆ ਬਣ ਜੂਗੀ ਐ ਪੂਰੀ ਥੱਲੇ ਅਜੇ ਹੋਰ ਬੋਲੀ ਆ ਥੱਲੇ ਅਜੇ ਠੀਕ ਆ ਅੱਛਾ ਕੋਮਲ ਕੀ ਡਿਮਾਂਡ ਵੀਰੇ ਕੀ ਮੰਗ ਸੰਧੂ ਸਾਹਿਬ ਇਹਦਾ ਵੀ ਕੋਈ 50 55 ਨਹੀਂ ਕੋਈ ਵੀ ਆ ਇਹ ਵੀ 45 ਦੀ ਦੇ ਦਾਂਗੇ 45 ਦੀ ਹੋਰ ਕਰ ਦਈਏ ਕਰੋ 40 ਦੀ ਦੇ ਦਾਂਗੇ ਵੀ ਹੋਰ ਵੀ ਹੁੰਦਾ ਹੋਰ ਕਰ ਦਾਂਗੇ ਯਾਰ ਛੱਡ ਦਾਂਗੇ 40 ਚਲੋ ਮੌਕੇ ਤੇ ਵੀ ਕਰ ਦਾਂ ਕੋਈ ਗੱਲ ਨਹੀਂ ਮੰਨ 39 ਦੀ ਹਾਂਜੀ ਲਓ ਵੀ 39,000 ਦੇ ਵਿੱਚੋਂ ਵੀ ਕਿਸੇ ਵੀਰ ਦੇ ਮਾਨ ਤਾਂ ਰੱਖੇ ਜਾਣਗੇ ਠੀਕ ਆ ਜੀ ਤੇ ਬਿਲਕੁਲ ਮਾਲ ਮੈਂ ਪਹਿਲਾਂ ਜ਼ਿਕਰ ਕਰਤਾ ਪਹਿਲਾਂ ਨਾਪ ਤੋਲ ਕੇ ਜਿਹੜਾ ਉਹਨਾਂ ਦੇ ਮੁੱਲ ਕੀਤਾ ਜਾਂਦਾ ਪਹਿਲਾਂ ਕੋਈ 5-7 10,000 ਰੁਪਇਆ ਨਜਾਇਜ਼ ਵੱਧ ਮੰਗ ਕੇ ਬਾਅਦ ਚ ਕਿਸੇ ਵੀਰ ਨੂੰ ਜਿਹੜਾ ਲਜਾਉਣ ਵਾਲੀ ਗੱਲ ਨਹੀਂ ਕੀ ਪਹਿਲਾਂ ਛੋਟ ਛੱਪੇ ਵਿੱਚੋਂ ਰਹਿ ਜਾਂਦੀਆਂ ਕਸਰਾਂ ਕੁਸਰਾਂ ਉਹ ਮੌਕੇ ਤੇ ਹੋ ਜਾਂਦੇ ਆ ਠੀਕ ਆ ਜੀ ਅੱਗੇ ਕੋਮਲ ਆਪਣੇ ਕੋਲ ਆ ਬੜੀ ਆ ਗਈ ਬਿਲਕੁਲ ਮੁੰਦਰੀ ਨਗ ਆ ਗਿਆ ਮੁੰਦਰੀ ਐ ਪੂਰਾ ਕਬੂਤਰੀ ਵਰਗੀ ਆ ਸੰਧੂ ਸਾਹਿਬ ਲਓ ਵੀ ਕੋਕਾ ਪੀਸ ਆ ਗਿਆ ਕੋਕਾ ਪੀਸ ਇਹਦੇ ਸੰਧੂ ਸਾਹਿਬ ਘਰ ਵਾਲਿਆਂ ਨੇ ਦੱਸਿਆ ਵੀ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂ ਅੱਜ ਹੀ ਆਈ ਆ ਹਾਂ ਯਾਨੀ ਕਿ 2 ਤਰੀਕ ਨੂੰ ਦਿਨ ਪੂਰੇ ਹੋਏ ਤੇ 5-7 ਦਿਨ ਉੱਤੇ ਵੀ ਲੱਗ ਜੇ 15 ਦਿਨ ਮੰਨ ਕੇ ਸੌਦਾ ਕਰੇ ਇਹ 2 ਸਤੰਬਰ ਨੂੰ ਹਾਂਜੀ 15 ਦਿਨਾਂ ਦਾ ਮੰਨ ਕੇ ਸੌਦਾ ਕਰੇ ਠੀਕ ਹਾਂਜੀ 15 ਦਿਨਾਂ ਦਾ ਸੂ ਪਊਗੀ ਆ ਬਲੂਨ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਤੇ 4 ਦਾਂ ਦਾ ਮੂੰ ਚੌਕੀ ਪਿਓਰ ਚੌਕੀ ਆ ਚੌਕੀ ਆ ਜੀ ਛੇਕ ਤੇ ਕੱਢਿਆ ਮਾੜੇ ਮਾੜੇ ਉਹਦਾ ਠੀਕ ਆ ਹਾਂਜੀ ਤਾਂ ਦੱਸੋ ਛੇਕ ਦੇ ਚੱਕੇ ਆ ਅਜੇ ਅੱਧੇ ਵੀ ਨਹੀਂ ਕੇ ਕੀਤੇਗੇ ਠੀਕ ਆ ਜੀ ਚੌਕੀ ਮੇਰਾ ਵੀਰ ਕੋਈ ਬੱਛੀ ਮੰਨ ਕੇ ਸੌਦਾ ਕਰ ਲਿਓ ਬਾਕੀ ਵੇਖੋ ਤੁਸੀਂ ਨਿੱਗਰ ਵੇਖੋ ਪਿੱਠ ਪੁੜੇ ਵਾਲੀ ਸਾਈਡ ਤੋਂ ਸੰਧੂ ਸਾਹਿਬ ਕਿਉਂ ਪਾਉਣ ਦੀ ਨਹੀਂ ਲੋੜ ਪੱਠੇ ਹੀ ਪਾਉਣ ਦੀ ਇਕੱਲੀ ਲੋੜ ਆ 15 ਦਿਨ ਬਸ ਬਸ ਹਾਂਜੀ ਸੋ ਫੇਸ ਕੁਆਲਿਟੀ ਵੇਖੋ ਬਾਕੀ ਬੱਛੀ ਬਹੁਤ ਪਿਆਰੀ ਆ ਬਹੁਤ ਪਿਆਰੀ ਬੱਛੀ ਬਹੁਤ ਸ਼ਾਨਦਾਰ ਕੁਆਲਿਟੀ ਠੀਕ ਆ ਜੀ ਤੇ ਸਭ ਤੋਂ ਜਿਹੜੀ ਮੇਨ ਗੱਲ ਦੱਸੋ ਝੋਲ ਝਾਲ ਤੁਸੀਂ ਵੇਖੋ ਲੜ ਲੁੜ ਕਾਫੀ ਆ ਤੇ ਥਣ ਬਹੁਤ ਵਧੀਆ ਕੱਢਿਆ ਕਰਮ ਵਾਲੀ ਨੇ ਬਿਲਕੁਲ ਮੁੱਠੀ ਥਣ ਲਵੀ ਜੀ ਬੱਛੀ ਆ ਮੂੰਹ 4 ਦੰਦ ਰੰਗ ਰੁੰਗ ਬਹੁਤ ਜ਼ਿਆਦਾ ਖੂਬਸੂਰਤ ਸੋ ਪਿਓਰ ਜਿਹੜੀ ਦੋਸਤੋ 4 ਦੰਦ ਸੋ ਛੇਕ ਦੇ ਵੀਰਾਂ ਦਾ ਵੀ ਹਜੇ ਦੰਦ ਚੱਕੇ ਆ ਹਜੇ ਹਾਫ ਵੀ ਨਹੀਂ ਕੀਤੇ ਗਏ ਬਾਕੀ ਬਹੁਤ ਪਿਆਰੀ ਵੈੜ ਜਿਹੜੀ ਪਲੂਣ ਬੱਛੀ ਇਹ ਸੁਣ ਜਾ ਰਹੀ ਆ ਠੀਕ ਆ ਆਲ ਜੀ ਕਰਦੀ ਕੁੜੀ ਤਲੇ
ਮਾਰ ਲਓ ਕਮਾ ਲੈਣਾ। ਲਓ ਵੀ ਭਰਾਵੋ, ਨਾਗੇ ਵੀ ਛੱਡਣ ਵਾਲਾ ਨੀਗਾ। ਸੋ ਜਿਹੜੇ ਵੀਰ ਅੱਗੇ ਸ਼ੌਕੀਨ ਇਹੋ ਜਿਹਾ ਪਸ਼ੂ ਐਨੀਮਲ ਖਰੀਦਣ ਦੇ, ਵੱਛੀ ਲਵੀ ਆ ਕੋਈ ਵੀਰ ਲੈ ਜੂਗਾ, ਇਹ ਨਹੀਂ ਆਪਾਂ ਕਹਿੰਦੇ ਵੀ ਕੋਈ 2-4 ਸੂਏ 5 ਸੂਏ ਆਪਦੇ ਟਕਾਊਗਾ ਕੋਈ ਵੀਰ, ਠੀਕ ਆ ਜੀ, ਕਾਹਲਾ ਨਹੀਂ ਪੈਂਦਾ ਵੀ ਜਾ ਕੇ ਵੀ ਵੇਚਣ ਵਾਸਤੇ, ਠੀਕ ਆ। ਅਤੇ ਬਹੁਤ ਪਿਆਰੀ ਵੱਛੀ ਆ, ਪਲੀ ਗੁਲੀ ਆ, ਸਭੀ ਸੰਭਾਲੀ ਆ, ਸੋਹਣੇ ਕੱਦਗੜ ਦੇ ਵਿੱਚ ਆ, ਕੋਈ ਛੋਟੀ ਜਿਹੀ ਹਾਈਟ ਨਹੀਂ ਗੀ, ਉਮਰ ਦੇ ਹਿਸਾਬ ਨਾਲ ਵੇਖੀਏ ਤਾਂ ਸੋਹਣੀ ਹਾਈਟ ਆ। ਲੈ ਵੀ ਕੋਮਲ ਹਜੇ ਦਿਨ ਲੈਂਦੀ ਆ ਵਿਚਾਰੀ, 8 ਲੈ ਜੇ, 10 ਲੈ ਜੇ, 7 ਲੈ ਜੇ, ਹਫ਼ਤਾ ਖੰਡ ਲੈ ਜੇ ਸਾਹਿਬ। ਕੱਚੀ ਆ ਤੇ ਮੋਲੀ ਵੀ ਆਪਾਂ ਕੱਚੇ ਵਾਲਾ ਹੀ ਕਰ ਦੇਣਾ ਵਾ। ਵੱਛੀ ਤੇ ਉਹਦਾ ਸੰਧੂ ਸਾਹਿਬ 60,000 ਰੁਪਈਏ ਦੀ ਧਰੇ, ਤੁਹਾਨੂੰ ਵੀ ਪਤਾ ਇਹ ਗੱਲ, ਰੋਜ਼ ਵੀਡੀਓ ਪਾਉਂਦੇ ਤੇ ਨਾ 55 ਨਾ 50, ਅੱਜ ਹਾਂ ਨਾ 42,000 ਦੀ ਦੇ ਦਾਂਗੇ, ਵਿੱਚੋਂ ਮਾਨਤਨ ਕਰਦਾ। ਤੇ ਇਹ ਵੀ 42,000 ਦੀ, 42,000 ਦੀ ਦੇ ਦਾਂਗੇ। ਹੁਣ ਜੇ ਗੱਲ ਕਰੀਏ ਨਾ ਤੇ ਐਡੀ ਵੱਛੀ ਛੋਟੀ ਪਲਣੀ, ਉਹਦੇ ਸਾਂਭ ਸੰਭਾਲਦਾ ਮੋਲੀ ਸੰਧੂ ਸਾਹਿਬ, ਜਿੰਨੀ ਪਲੀ ਪੁਲੀ ਆ ਨਾ, ਬਸ 15 ਦਿਨ ਪੱਠੇ ਪਾਉਣ ਦੀ ਲੋੜ, ਕੋਹ ਵੀ ਨਹੀਂ ਪਾਉਣ ਦੀ ਲੋੜ, ਹੋਰ ਘਿਓ ਪਾਉਣ ਦੀ ਨਹੀਂ ਲੋੜ ਇਹਨੂੰ। ਹਾਂਜੀ ਲਓ ਵੀ ਦੋਸਤੋ, ਆਲਰੇਡੀ ਜਿਹੜਾ ਵੀਰਾਂ ਦਾ ਵੀ ਸੇਵਾ ਦਾ ਘਿਓ ਦਾ ਪੀਪਾ, ਜਾਂ ਵੈਸੇ ਸੇਵਾ ਦਾ ਪਹਿਲਾਂ ਹੀ ਕਰਮਾਲੀ ਦੀ ਬਥੇਰੀ ਕੀਤੀ ਆ ਜਿੱਥੋਂ ਵੀ ਆਈ ਆ, ਤੇ 42,000 ਦੀ ਤੁਹਾਨੂੰ ਇਹ ਮਿਲ ਜਾਣੀ ਹੈ ਜੀ। ਸੋ ਬਹੁਤ ਪਿਆਰੀ ਵੱਛੀ ਆ, ਤੇ ਜਿਹੜਾ ਮੇਰਾ ਵੀਰ ਲੈ ਜਾਊਗਾ, ਸੋ ਥਾਨੂੰ ਤੁਹਾਨੂੰ ਬਹੁਤ ਲੱਗਾ ਕੁਆਲਿਟੀ ਵਾਲਾ, ਮੋਟੀ ਮੋਟੀ ਥਾਨ ਲੱਗਾ, ਵਾਧੇ ਬੰਦੀ ਵਾਲੀ ਸ਼ੈ ਆ। ਆਹ ਵੇਖੋ ਜੀ, ਉਲਟ ਬਹਿਣੀ ਵਾਲੀ ਸਾਈਡ ਤੋਂ, ਠੀਕ ਹੈ ਜੀ, ਠੀਕ ਹੈ। ਲਓ ਵੀ ਭਰਾਵੋ, ਇਹ ਨਾਗ ਨੇ ਅੱਜ ਵੀਰ ਕੋਮਲ ਤੇ ਵੀਰ ਸਤਨਾਮ ਸਿੰਘ ਹੋਣਾਂ ਦੇ ਘਰੋਂ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਪਸ਼ੂ ਜਿਹੜੇ ਆ। ਇੱਥੇ ਦੋਸਤੋ 5-6 ਨਾਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ। ਗੱਭਣ ਪਸ਼ੂ ਵੀ ਆਉਂਦੇ ਆ, ਸੋਏ ਸੋਏ ਵੀ ਆਉਂਦੇ ਆ, ਤਿਆਰੀ ਵਾਲੇ ਜ਼ਿਆਦਾਤਰ ਪਸ਼ੂ ਹੁੰਦੇ, ਜ਼ਿਆਦਾ ਕੱਚਾ ਪਸ਼ੂ ਨਹੀਂ ਹੁੰਦਾ ਗਾ। ਜਾਂ ਤੋਕੜ ਗੱਭਣ ਨਾਗ ਮਿਲੂਗਾ ਤੁਹਾਨੂੰ ਇੱਥੋਂ, ਜਾਂ ਕੋਈ ਤਿਆਰੀ ਵਾਲਾ ਕੋਈ ਹਫ਼ਤੇ 8-10 ਦਿਨਾਂ ਦੇ ਵਿੱਚ ਵਿੱਚ ਸੂਣ ਵਾਲਾ ਮਿਲੂਗਾ। ਸੋ ਰੇਟ ਪੜਤਾ ਵੀ ਜਾਇਜ਼ ਹੁੰਦਾ, ਉਹ ਆਪਾਂ ਹਰ ਵਾਰ ਸਾਰੇ ਵੀਰਾਂ ਨੂੰ ਸਟਾਰਟਿੰਗ ਤੋਂ ਇੱਕ ਮੈਂਸ਼ਨ ਕਰ ਦਿੰਦੇ ਹੁੰਦੇ ਹਾਂ ਵੀ ਰੇਟ ਪੜਤਾ ਬੜਾ ਜਾਇਜ਼ ਤੇ ਵਾਜਬ ਹੁੰਦਾ। ਲੈ ਵੀ ਕੋਮਲ ਇੱਕ ਨੰਬਰ ਬੋਲਦੇ ਭਰਾ, ਨੰਬਰ ਸੰਧੂ ਸਾਹਿਬ 73476-1922, ਪਿੰਡ ਸ਼ਕਰੀ, ਜ਼ਿਲ੍ਹਾ ਤਰਨ ਤਾਰਨ, ਯਾਨੀ ਕਿ ਸਰਹਾਲੀ ਤੋਂ 2-2.5 ਕਿਲੋਮੀਟਰ ਆ ਜੀ। ਠੀਕ ਹੈ ਜੀ, ਹਾਂਜੀ, ਹੋਰ ਕੋਈ ਗੱਲਬਾਤ? ਸੰਧੂ ਸਾਹਿਬ ਜਿਹੜੇ ਭੈਣ ਭਰਾ ਨੇ ਮਾਲਖਾਨਾ ਦੇ ਤਸੱਲੀ ਕਰਕੇ ਖੜੇ, ਲਾਮਾ ਕੋਈ ਨਹੀਂ ਬਾਅਦ ਚ, ਠੀਕ ਹੈ ਜੀ, ਹਾਂਜੀ। ਲਓ ਵੀ ਭਰਾਵੋ, ਠੀਕ ਹੈ ਜੀ, ਸੋ ਇਹ ਜਿਹੜੀ ਜ਼ਰੂਰੀ ਬੇਨਤੀ ਹੁੰਦੀ ਆ ਲਾਸਟ ਫਸਟ ਐਂਡ ਲਾਸਟ ਦੇ ਉੱਪਰ ਵੀ ਆਪਣੀ ਨਰਕ ਪਰਖਾ ਤਸੱਲੀ, ਮੇਰਾ ਵੀਰ ਕੋਈ ਵੀ ਸਾਈ ਬਿਆਨਾ ਕਰਕੇ ਪੂਰੇ ਪੈਸੇ ਗਿਣਾਉਣ ਤੋਂ ਪਹਿਲਾਂ ਆਪਦੀ ਸਾਈ ਬਿਆਨਾ ਕਰਕੇ ਪਸ਼ੂ ਦਿਲ ਨੂੰ ਫਿੱਟ ਪੈਂਦਾ, ਪਰਿਵਾਰ ਨੂੰ ਸੈੱਟ ਬੈਠਦਾ, ਉਸ ਤੋਂ ਬਾਅਦ ਆਪਣਾ ਬਾਕੀ ਪੇਮੈਂਟ ਕਰਕੇ ਪਸ਼ੂ ਲੈ ਕੇ ਜਾਇਆ ਕਰੋ। ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ 19-21 ਜਿਹੜੀ ਦੋਸਤੋ ਗੱਲ ਕਹਿਣੀ ਸੁਣਨੀ ਮਾੜੀ ਹੁੰਦੀ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਜੀ।